ਰੇਡੀਓ ਪੰਜਾਬ ਟੁਡੇ ਦੇ YouTube ਚੈਨਲ ਤੇ Facebook ਪੇਜ ਦੇ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭਾਰਤ ਦੇ ਵਿੱਚ ਇੱਕ ਬੜਾ ਗੰਭੀਰ ਮਸਲਾ ਬਣਿਆ ਹੋਇਆ ਹੈ ਉਹ ਹੈ ਟ੍ਰੈਫਿਕ ਦਾ। ਹਾਲੀ ਦੇ ਵਿੱਚ ਤੁਸੀਂ ਇੱਕ ਖਬਰ ਜਿਹੜੀ ਹੈ ਬੜੀ ਦਰਦਨਾਕ ਸੁਣੀ ਵੀ ਹੈ, ਵੇਖੀ ਵੀ ਹੈ ਚਾਰ ਸਕੂਲੀ ਬੱਚੇ ਇੱਕ ਵੈਨ ਦੇ ਵਿੱਚ ਜਿਉਂਦੇ ਸੜ ਗਏ ਨੇ। ਇਸ ਤੋਂ ਇਲਾਵਾ ਉਹ ਕਿਹੜਾ ਦਿਨ ਨਹੀਂ ਜਿਸ ਦਿਨ ਅਸੀਂ ਗੱਲ ਕਰੀਏ ਤਾਂ ਭਾਰਤੀਆਂ ਸੜਕਾਂ ਦੇ ਉੱਤੇ ਕਿਵੇਂ ਨਾ ਕਿਵੇਂ ਕਰਕੇ ਐਕਸੀਡੈਂਟ ਹੁੰਦੇ ਨੇ ਬੜੇ ਭਿਆਨਕਰ ਐਕਸੀਡੈਂਟ ਹੁੰਦੇ ਨੇ ਤੇ ਬੜੀਆਂ ਕੀਮਤੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਨੇ ਇੰਨਾ ਸੰਬੰਧੀ ਬੜੇ ਟੀਮਸ ਬਣਾਈਆਂ ਗਿਆ ਨੇ ਰਿਸਰਚ ਕੀਤੀ ਗਈ ਹੈ ਭਾਰਤ ਦੇ ਵਿੱਚ ਇਸ ਦਾ ਅਸਰ ਕਿਉਂ ਨਹੀਂ ਹੋ ਰਿਹਾ ਇਹ ਇੱਕ ਸਵਾਲ ਉੱਠਦਾ ਹੈ ਸਾਡੇ ਨਾਲ ਯੂਕੇ ਯਾਨੀ ਕਿ ਇੰਗਲੈਂਡ ਤੋਂ ਸਰਦਾਰ ਅਮਰੀਕ ਸਿੰਘ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ ਉੱਥੋਂ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਇਹਨਾਂ ਨੇ ਰਿਸਰਚ ਕੀਤੀ ਏਸ਼ੀਅਨ ਲੋਕਾਂ ਨੂੰ ਇਹਨਾਂ ਨੇ ਪੜਾਇਆ ਉੱਥੋਂ ਦੀ ਗਵਰਨਮੈਂਟ ਦੇ ਨਾਲ ਰਲ ਕੇ ਕੰਮ ਕਰਦੇ ਨੇ ਹਾਲੀ ਦੇ ਵਿੱਚ ਇਹਨਾਂ ਨੇ ਪੰਜਾਬ ਸਰਕਾਰ ਨੂੰ ਆਪਣੀ ਇੱਕ ਪ੍ਰੋਪੋਜ਼ਲ ਭੇਜੀ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਤੁਸੀਂ ਪੈਸਾ ਨਾ ਦਿਓ ਅਸੀਂ ਬਾਹਰੋਂ ਪੈਸਾ ਲੈ ਆਵਾਂਗੇ ਪਰ ਇਹਨਾਂ ਦੀ ਗੱਲ ਕਿਸੇ ਨੇ ਨਾ ਸੁਣੀ ਆਓ ਗੱਲਬਾਤ ਕਰਦੇ ਹਾਂ ਸਰਦਾਰ ਮਰੀਕ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਮਰੀਕ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਆਪ ਦਾ ਤਜਰਬਾ ਜਿਹੜਾ ਅੰਗਲੈਂਡ ਦਾ ਹੈਗਾ ਉਹਦੇ ਵਿੱਚ ਕੀ ਚੀਜ਼ ਤੁਸੀਂ ਕਿਸ ਤਰ੍ਹਾਂ ਇਸ ਜਿਹੜਾ ਟ੍ਰੈਫਿਕ ਦੀ ਸਮੱਸਿਆ ਦੇ ਨਾਲ ਝੂਟਣ ਦੇ ਲਈ ਇੱਕ ਵਲੰਟੀਅਰ ਬਣੇ ਹਾਂਜੀ ਹਾਂਜੀ ਜਿਸ ਤਰ੍ਹਾਂ ਮੈਂ ਦੱਸ ਦਿਆਂ ਪਹਿਲਾਂ ਮੇਰੀ ਜੌਬ ਜ਼ਿਆਦਾਤਰ ਆਕਸਫੋਰਡ ਸਿਟੀ ਹੀ ਹੋਈ ਹੈ ਆਕਸਫੋਰਡ ਸਿਟੀ ਯੂਨੀਵਰਸਿਟੀ ਹੈ ਉਹਦੇ 40-50 ਕਾਲਜਸ ਹੈ ਉੱਥੇ ਮੇਰੀ ਜੌਬ ਸੀ ਨਾ ਏਸ਼ੀਅਨ ਕਲਚਰਲ ਕਮਿਊਨੀਕੇਸ਼ਨ ਆਫੀਸਰ ਤਾਂ ਉਹਨਾਂ ਤੋਂ ਮੈਂ ਉੱਥੇ ਜਿਹਨੇ ਇੰਡੀਅਨ ਬੰਦੇ ਸੀ ਨਾ ਉੱਥੇ ਟ੍ਰੈਫਿਕ ਦਾ ਮਾਮਲਾ ਹੈ ਨਾ ਜਿਹੜਾ ਉਹਦੀ ਕੀ ਹੈ ਅਸਲ 'ਚ ਉਹ ਉੱਥੇ ਰਿਸਰਚਸ ਹੁੰਦੀਆਂ ਉਹਨੂੰ ਫਿਰ ਲੰਡਨ ਵਗੈਰਾ ਵਾਲੇ ਨਕਲ ਕਰਦੇ ਤਾਂ ਮੈਂ ਉਸ ਗੱਲ ਦੇ ਵਿੱਚ ਦਾ ਸੈਂਟਰ ਸੀਗਾ ਉਹ ਮੈਨੂੰ ਸੈਂਟਰ ਦੇ ਮੀਟਿੰਗ ਚ ਬਿਠਾਇਆ ਕਰਨ ਤੇ ਕਿ ਤਾਂ ਕਿ ਤੁਸੀਂ ਏਸ਼ੀਅਨ ਬੰਦਿਆਂ ਨੂੰ ਟ੍ਰੈਫਿਕ ਬਾਰੇ ਜਿੰਨੀ ਸੋਝੀ ਹੈ ਨਾ ਆਪਦੀ ਲੈਂਗੁਏਜ ਮੈਂ ਉਰਦੂ ਵੀ ਜਾਣਦਾ ਪੰਜਾਬੀ ਵੀ ਹਿੰਦੀ ਵੀ ਪਾਕਿਸਤਾਨੀ ਬੰਗਲਾ ਸਭ ਨਾਲ ਮੈਂ ਉਹਨਾਂ ਨਾਲ ਡੀਲ ਕਰਦਾ ਸੀ ਇੰਗਲਿਸ਼ ਸਟੂਡੈਂਟਸ ਨਾਲ ਇਸ ਲਈ ਮੈਨੂੰ ਉਤਸ਼ਾਹ ਹੋਇਆ ਤੇ ਮੈਂ ਫਿਰ ਟ੍ਰੈਫਿਕ ਦੇ ਮਾਮਲੇ 'ਚ ਲੱਗ ਗਿਆ ਬੜੀਆਂ ਕਿਤਾਬਾਂ ਪੜ੍ਹੀਆਂ ਉਹਨਾਂ ਦੀ ਰਿਸਰਚ ਦੇਖੀ ਟ੍ਰੈਫਿਕ ਦਾ ਮੈਂ ਫਿਰ ਇਨਸਟ੍ਰਕਟਰ ਵੀ ਬਣਿਆ ਉਹ ਉਹ ਸਾਰੇ ਢੰਗ ਮੈਂ ਵਰਤੇ ਮੇਰੇ ਕੋਲ ਸਾਰੇ ਦਸਤਾਵੇਜ਼ ਹੈ ਗਾਹਾਂ ਟ੍ਰੈਫਿਕ ਇਨਸਟ੍ਰਕਟਰ ਬਣਾਉਣੇ ਤਾਂ ਕਿਵੇਂ ਬਣਾਉਣੇ ਜਣੇ ਸੋ ਤੁਸੀਂ ਭਾਰਤ ਦੇ ਨਾਲ ਭਾਰਤ ਦੇ ਜਾਂ ਭਾਰਤੀ ਉਪਮਹਾਦੀਪ ਦੇ ਲੋਕਾਂ ਨੂੰ ਉੱਥੇ ਟ੍ਰੈਫਿਕ ਦੀ ਸਮੱਸਿਆ ਬਾਰੇ ਜਾਣੂ ਕਰਾਇਆ ਭਾਰਤ ਦੇ ਵਿੱਚ ਵੀ ਬੜੀਆਂ ਦੁਰਘਟਨਾਵਾਂ ਹੁੰਦੀਆਂ ਬੜੀਆਂ ਗੰਭੀਰ ਤੇ ਬੜੇ ਕਹਿ ਸਕਦੇ ਆ ਕਿ ਕਈ ਵਾਰੀ ਤਾਂ ਦਰਜਣਾ ਮੌਤਾਂ ਇਕੱਠੀਆਂ ਹੋ ਜਾਂਦੀਆਂ ਨੇ ਇੱਥੋਂ ਦੀ ਸਰਕਾਰ ਨਾਲ पता चलला ਤੁਸੀਂ رابطہ ਕੀਤਾ ਹਾਂਜੀ ਇੱਥੇ ਬਹੁਤ ਕੁਝ ਕੀਤਾ ਮੈਂ ਫਿਰ ਇਹ 1988 ए, uh, 1998 ਦੀ ਗੱਲ ਹੈ ਜਦੋਂ ਮੈਨੂੰ ਇਹ ਸ਼ੌਕ ਜਾਂ ਆਇਆ ਮੈਂ ਕਿਹਾ ਉਹ ਇੰਡੀਆ ਦੇ ਵਿੱਚ ਅਜੇ ਕਾਰਾਂ ਆਈਆਂ ਨਹੀਂ ਸੀ ਇੰਨੀਆਂ ਜ਼ਿਆਦੇ ਤਾਂ ਵੀ ਉਦੋਂ ਕਿਉਂਕਿ ਮੈਂ ਜਦੋਂ ਵੀ ਇੱਥੇ ਛੁੱਟੀ ਤੇ ਆਉਣਾ ਨਾ ਹੁਣ ਤਾਂ ਮੈਨੂੰ 25 ਸਾਲ ਰਟਾਇਰ ਹੋਏ ਨੂੰ ਹੋ ਗਏ 20 ਸਾਲ ਤੇ ਮੈਂ ਇੱਥੇ ਤਿੰਨ ਤਿੰਨ ਮਹੀਨੇ ਦੇ ਜਿੰਨੇ ਅੰਕੜੇ ਮਰਿਆਂ ਦੇ ਹੁੰਦੇ ਆ ਨਾ ਐਕਸੀਡੈਂਟ ਦੇ ਉਹ ਲਾ ਕੇ ਲੈ ਜਾਣਾ ਤੇ ਮੈਂ ਫਿਰ ਕਿਹਾ ਵੀ ਮੈਂ ਇਹਨਾਂ ਦਸਤਾਵੇਜ਼ਾਂ ਨੂੰ ਕਿ ਮੈਂ ਪ੍ਰੋਜੈਕਟ ਲਿਖਿਆ 8 ਪੇਜ ਦਾ ਬਾਦਲ ਸਾਹਿਬ ਨੂੰ ਭੇਜਿਆ 1980 98 ਦੇ ਵਿੱਚ ਕਿ ਤੁਸੀਂ ਮਾੜਾ ਜਿਹਾ ਧਿਆਨ ਦਿਓ ਸਹੀ ਸਾਡੇ ਨਾਲ ਹਲਕੇ ਚੱਲੋ ਪੈਸੇ ਦੀ ਬਰਵਾਹ ਨਾ ਕਰੋ ਟ੍ਰੈਫਿਕ ਦਾ ਸਾਨੂੰ ਇੰਨਾ ਸ਼ੌਕ ਹੈ ਅਸੀਂ ਉੱਥੇ ਟ੍ਰੈਫਿਕ ਚਲਾਉਣੀ ਹੈ ਤੁਹਾਡਾ ਡਰਾਈਵਿੰਗ ਸੁਧਾਰ ਕੇ ਰੱਖ ਦੇਵਾਂਗੇ ਪਰ ਮੇਰੀ ਮੈਂ ਕਿੰਨੇ ਬੰਦਿਆਂ ਨੂੰ ਮਿਲਿਆ ਕਿੰਨੀਆਂ ਲੈਟਰ 100 ਲੈਟਰ ਲਿਖਿਆ ਹੁਣ ਡੀਜੀਪੀ ਬਿਰਕ ਹੁੰਦਾ ਉਹਦੋਂ ਨੂੰ ਲਿਖਿਆ ਬਾਦਲ ਨੂੰ ਲਿਖਿਆ ਸੋਨੀਆ ਗਾਂਧੀ ਨੂੰ ਲਿਖਿਆ ਆ ਸਾਰੇ ਮੇਰੇ ਕੋਲੇ ਦਸਤਾਵੇਜ਼ ਹੈਗੇ ਜਿਹੜੀ ਕਿਤਾਬ ਲਿਖੀ ਕਿਉਂ ਲਿਖੀ ਉਹਦੇ ਬਾਅਦ ਮੈਂ ਫੇਰ ਦੱਸੂਗਾ ਲਾਸਟ ਦੇ ਵਿੱਚ ਉਹਨਾਂ ਆ ਕੇ ਥੱਕ ਕੇ ਜਣੀ ਅਮਰਿੰਦਰ ਸਿੰਘ ਨਾਲ ਸਾਡੇ 4 ਲੈਟਰ ਐਕਸਚੇਂਜ ਹੋਏ ਚੌਥੇ ਲੈਟਰ 'ਚ ਉਹਨੇ ਕਿਹਾ ਵੀ ਤੁਸੀਂ ਸਾਰੇ ਦਸਤਾਵੇਜ਼ ਲੈ ਕੇ ਆਜੋ ਮੈਂ ਮੇਰੀ ਟੀਮ ਪੰਜ ਬੰਦੇ ਜਣੀ ਉਹ ਨਾਰਮਲੀ ਆਉਂਦੇ ਹੀ ਹੁੰਨੇ ਜਾਦੇ ਬੰਦੇ ਜਲੰਧਰ ਦੇ ਐ ਲੇਕਿਨ ਮੈਂ ਹੈਡਾਂ ਜਿਹੜਾ ਬਿਠਣ ਦੇ ਦਾ ਕਿਉਂਕਿ ਸਾਰੀ ਐਕਸਪਰਟਿਸ ਮੇਰੀ ਹਰ ਤਰ੍ਹਾਂ ਦੀ ਮੇਰੀ ਐ ਜਣੀ ਮੈਨੂੰ ਸ਼ੌਕ ਹੀ ਵੜਾ ਕਿ ਮੈਂ ਸਾਰੀ ਉਮਰ ਲਾਤੀ ਐ ਇਸ ਪਾਸੇ ਮੈਂ ਟ੍ਰੈਫਿਕ ਨਾਲ ਆਰਕੇ ਦੇਣਾ ਕੋਈ ਮੈਨੂੰ ਸਵਾਲ ਪੁੱਛੇ ਤਾਂ ਮੈਂ ਉਹ ਫਿਰ ਉਹਨਾਂ ਨੇ ਮੇਰੀ ਬਾਤ ਨਹੀਂ ਪੁੱਛੀ ਟ੍ਰੈਫਿਕ ਵਾਲਿਆਂ ਨੇ ਮੈਨੂੰ ਬੁਲਾਇਆ ਮੈਂ ਉਹਨਾਂ ਨੂੰ ਕਿਹਾ ਮੇਰੇ ਆਉਣ ਤੋਂ ਪਹਿਲਾਂ ਜਿੰਨੇ ਐਕਸਪਰਟ ਬੰਦੇ ਐ ਤੁਹਾਡੇ ਉਹ ਲਿਆ ਕੇ ਮੇਰੇ ਮੂਹਰੇ ਬਿਠਾਓ ਉਹ ਮਜ਼ਾਕ ਜਿਹਾ ਕਰਦੇ ਨੇ ਆਈ ਜੀ ਚਾਵਲਾ ਦੋ ਐਸਐਸਵੀ ਇੱਕ ਐਸਵੀ ਚਾਰ ਬਿਟ ਨੇ ਬੈਠੇ ਸੀ ਉਹਨਾਂ ਨੇ ਮਨ ਬੁਲਾਇਆ 1917 ਚ ਮੈਂ ਉੱਥੇ ਪਹੁੰਚਿਆ ਫਿਰ ਪਹੁੰਚਿਆ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਮੈਂ ਜੀ ਐਕਸਪਰਟ ਆ ਇੰਨੇ ਦਸਤਾਵੇਜ਼ ਮੇਰੇ ਕੋਲੇ ਹੁਣ ਵੀ ਹੈਗੇ ਸਾਰੇ ਤਰ੍ਹਾਂ ਦੇ ਡਾਇਗਰਾਮ ਮੇਰੇ ਕੋਲੇ ਹੈਗੇ ਕਿ ਸਿਚੁਏਸ਼ਨ ਚ ਕਿਵੇਂ ਅਸੀਂ ਕੰਮ ਕਰਨਾ ਹੈ ਉਹ ਕਹਿੰਦੇ ਸਾਨੂੰ ਆ ਦਸਤਾਵੇਜ਼ ਦੇ ਦਿਓ ਮੈਂ ਕਿਹਾ ਜੀ ਲੈ ਲਓ ਬੁੱਕੀ ਛਪਾ ਲਓ ਕਿਹਾ ਸਾਡੇ ਕੋਲੇ ਤਾਂ ਟੂਆ ਭਰਨ ਦੀ ਆਦਤ ਪੈਸਾ ਨਹੀਂ ਤੁਸੀਂ ਕਿਸੇ ਵਜੀਰ ਨੂੰ ਮਿਲੋ ਇਹ ਚਿਹਟਾਈਆਂ ਕਰਦੇ ਮੈਨੂੰ ਉਹਨੇ ਤੋੜ ਦਿੱਤਾ ਘਰੇ ਆ ਗਿਆ ਘਰੇ ਆ ਕੇ ਮੈਂ 15 ਦਿਨ ਦੇ ਵਿੱਚ ਆ ਕਿਤਾਬ ਲਿਖੇ 17 ਦੇ ਵਿੱਚ 1 ਲੱਖ ਰੁਪਇਆ ਮੈਂ ਆਪਦੀ ਜੇਬ ਚੋਂ ਲਾਇਆ ਬਠਿੰਡਿਆ ਅਮਰੀਕ ਸਿੰਘ ਰੋਡ ਤੇ ਵਿਚਾਰਾ ਜਾਣਦਾ ਜਿਸ ਕਿਤਾਬ ਲਿਖਣ ਇਹ ਕਿਤਾਬ ਹੈ ਜਿਹੜੀ ਐਡੀ ਕੰਪਰੀਹੈਂਸਿਵ ਕਿਤਾਬ ਹੈ 6-7 ਸਬਜੈਕਟ ਹੈ ਕਿਤਾਬ ਦੇ ਵਿੱਚ ਕਿਵੇਂ ਡਿਵੈਲਪ ਹੋਈ ਡਰਾਈਵਿੰਗ ਇੱਥੇ ਕਿੰਨੇ ਐਕਸੀਡੈਂਟ ਹੁੰਦੇ ਹੈ ਯੂਨੋ ਦੇ ਅੰਕੜੇ ਹੈ 1915 ਦੇ ਵਿੱਚ 1900 ਕੀ ਕਿੰਨੇ ਹੋਇਆ 2015 ਦੇ 1 ਲੱਖ 53000 1313 ਬੰਦੇ ਮਰੇ ਹੈ ਇੰਡੀਆ ਬਦਨਾਮ ਹੈ ਇਸ ਗੱਲ ਲਈ ਵੀ ਬੰਦਿਆਂ ਨੂੰ ਧੜਾ ਧੜ ਮਾਰੀ ਚੋ ਰਿਆ ਜਾਂਦੇ ਉਹ ਅੰਕੜੇ ਮੈਂ ਇਹ ਦੇ ਵਿੱਚ ਦਿੱਤੇ ਆ ਇਹਦੇ ਅੰਕੜੇ ਫਿਰ ਮੈਂ ਇਹ ਵੀ ਦਿੱਤੇ ਤੁਸੀਂ ਤੁਸੀਂ ਕੀ ਸਾਂਝੀ ਦਿਓ ਕਿ ਭਾਰਤ ਦਾ ਟ੍ਰੈਫਿਕ ਕਿਵੇਂ ਸੁਧਾਰਿਆ ਜਾ ਸਕਦਾ ਜੀ ਜੇ ਤੁਹਾਡੀ ਨੀਅਤ ਹੋਵੇ ਨਾ ਸੁਧਾਰਿਆ ਕਿਉਂ ਨਹੀਂ ਜਾ ਸਕਦਾ ਨੀਅਤ ਇੱਕ ਵੱਖਰੀ ਗੱਲ ਹੈ ਟੈਕਨੀਕਲੀ ਤੁਸੀਂ ਕਿਵੇਂ ਸੁਧਾਰੋ ਅ ਮੈਨੂੰ ਪਤਾ ਟੈਕਨੀਕਲੀ ਇਹ ਹੈ ਵੀ ਇਹਦੇ ਲਈ ਸਕੀਮਾਂ ਜਿਹੜੀਆਂ ਹੈਗੀਆਂ ਨੇ ਤਿੰਨ ਚਾਰ ਸਕੀਮਾਂ ਦੇ ਵਿੱਚ ਦਿੱਤੀਆਂ ਮੈਂ ਦਿੱਤੀਆਂ ਸਾਰੀਆਂ ਨੂੰ ਸੋਚ ਕੇ ਇੱਕ ਸ਼ਾਰਟ ਟਰਮ ਇੱਕ ਲੌਂਗ ਟਰਮ ਜੇ ਸ਼ਾਰਟ ਟਰਮ ਸਕੀਮ ਹੈ ਨਾ ਉਮੈ ਇਹ ਦਿੱਤੀ ਹੈ ਕਿ ਤੁਸੀਂ 6 ਜ਼ਿਲ੍ਹਿਆਂ ਦੀ ਅਸੀਂ ਉੱਥੇ ਹੀ ਪਾਇਲਟ ਸਕੀਮ ਬਣਾਉਂਦੇ ਆ ਜਿਵੇਂ ਬਠਿੰਡਾ ਮਾਨਸਾਹੇ 6 ਜ਼ਿਲ੍ਹੇ ਲੈ ਕੇ ਨਾ ਰੇਲਵੇ ਲਾਈਨ ਤੋਂ ਭਰੇ ਹੈ ਇਹਦੇ ਅਸੀਂ ਇੱਕ ਪਾਇਲਟ ਸਕੀਮ ਬਣਾਵਾਂਗੇ ਉਹਦੇ ਵਿੱਚ ਅਸੀਂ ਸੈਮੀਨਾਰ ਕਰ ਕਰਕੇ ਪਹਿਲਾਂ ਸਮਝਾਵਾਂਗੇ ਲੋਕਾਂ ਨੂੰ ਵੱਡੇ ਕਾਰਨ ਕੀ ਹੈ ਇਹਦੇ 'ਚ ਕੱਢੇ ਹੈ ਐਕਸੀਡੈਂਟ ਦੇ ਕਾਰਨ ਕੀ ਹੈ ਤੇ 10-12 ਵੱਡੇ ਕਾਰਨ ਹੈ ਉਹ ਤੁਸੀਂ ਅੱਡ ਪੁੱਛੋਗੇ ਕੀ ਹੈ ਸਭ ਤੋਂ ਵੱਡਾ ਕਾਰਨ ਸਭ ਤੋਂ ਵੱਡਾ ਕਾਰਨ ਓਵਰਟੇਕਿੰਗ ਹੈ ਕਿਸੇ ਪਸ਼ੂ ਨੂੰ ਪਤਾ ਹੀ ਨਹੀਂ ਓਵਰਟੇਕਿੰਗ ਦਾ ਕੀ ਹੈ ਜਣੀ ਮੂਰੇ ਵੀ ਓਵਰਟੇਕ ਕਰ ਰਹੇ ਪਿੱਛੇ ਵੀ ਕਰ ਰਹੇ ਹੈ ਉਹ ਰਾਉਂਡਬਾਊਟ ਹੈ ਜਿਹੜਾ ਉਹ ਦੁਨੀਆ ਦੇ ਵਿੱਚ ਰਾਉਂਡਬਾਊਟਰ ਤੇਜ਼ ਕਰਨ ਦੇ ਲਈ ਇੱਕ ਵਾਰ ਰਾਉਂਡਬਾਊਟਰ 'ਚ ਵੜ ਗਿਆ ਉਹ ਬੰਦਾ ਫਿਰ ਫਟਾਫਟ ਨਿਕਲ ਜਾਂਦਾ ਇੱਥੇ ਰਾਉਂਡਬਾਊਟਰ ਦੇ ਵਿੱਚ ਬੰਦੇ ਖੜੇ ਐ ਬਿਲਕੁਲ ਪੁੱਠੀ ਗੱਲ ਐ ਜਣੀ ਤੇ ਮੈਨੂੰ ਕਈ ਬੰਦੇ ਨੇ ਕਿਹਾ ਤੁਸੀਂ ਉਹੀ ਸ਼ੁਰੂ ਕਰੋ ਮੈਂ ਕਿਹਾ ਗਵਰਨਮੈਂਟ ਤੋਂ ਬਿਨਾਂ ਗੱਲ ਨਹੀਂ ਹੁੰਦੀ ਕਿਉਂਕਿ ਅਸੀਂ ਬੰਦਾ ਮਾਰ ਦਈਏ ਉੱਥੇ ਸਾਨੂੰ ਵੜ ਕੇ ਤੁਰੇ ਫਿਰ ਤੁਸੀਂ ਕੌਣ ਹੋ ਇੱਥੇ ਕੰਮ ਕਰਨ ਦੀ ਇੱਥੇ ਤਾਂ ਜਿਹੜੇ ਡਰਾਈਵਿੰਗ ਸਿਖਾਉਂਦੇ ਨੇ ਇਨਸਟ੍ਰਕਟਰ ਉਹਨਾਂ ਤਾਂ ਖੁਦ ਉਹਨਾਂ ਨੂੰ ਕਹਤਾ ਉਹਦੇ ਕੋਲੇ ਸਾਡੇ ਲੰਡਨ ਦੇ ਜਿਹੜੇ ਦਸਤਾਵੇਜ਼ ਨੇ ਮੇਰੇ ਕੋਲੇ ਕਿਉਂਕਿ ਜਦੋਂ ਮੈਂ ਸਿੱਖਿਆ ਨਾ ਟੈਕਨੀਕਲ ਕਰਨ ਨਾਲ ਆਕਸਫੋਰਡ ਜਿਹੜੀ ਟੈਕਨੀਕਲ ਉਹਨਾਂ ਨੇ ਮੈਨੂੰ ਜਿਹੜੇ ਪੇਪਰ ਦਿੱਤੇ ਉਹ ਐਨੇ ਕੀਮਤੀ ਪੇਪਰ ਹੈ ਮੈਂ ਤੁਹਾਨੂੰ ਦੱਸਾਂ ਜੇ ਗਵਰਨਮੈਂਟ ਚਾਹੇ ਨਾ ਔਰ ਮੈਂ ਸਮਝਦਾ ਅਜਿਹੇ ਹੈਗੇ ਇਨਸਟ੍ਰਕਟਰ ਨੂੰ ਕੱਖ ਦਾ ਪਤਾ ਨਹੀਂ ਤੁਹਾਨੂੰ ਮਹਾਰਾਜ ਅਸਿੱਧੇ ਅਧਿਕਾਰ ਚਲਾ ਕੇ ਕਹਿੰਦੇ ਮੂੰਹ ਬਨਾਈ ਜਾਓ ਤੁਸੀਂ ਇਹਨਾਂ ਨੂੰ ਕੁਝ ਨਹੀਂ ਪਤਾ ਔਰ ਮੈਂ ਸਮਝਦਾ ਬਠਿੰਡੇ ਬਾਰੇ ਇੱਕ ਬੰਦੇ ਨੇ ਕਮਿਟ ਕੀਤਾ ਵੀ ਜਿੰਨੀ ਲਾਈਨਿੰਗ ਲਾਓਗੇ ਤੁਸੀਂ ਉਹ ਮਾਰਕਿੰਗ ਵਰਕਿੰਗ ਕਰਨੀ ਹੁੰਦੀ ਹੈ ਦੋ ਦਿਨਾਂ ਜਿਸੀਂ ਲੰਡਨ ਲਾਈਨ ਦੀ ਮਾਰਕਿੰਗ ਕਰ ਦਈਏ ਉਸ ਤੋਂ ਬਾਅਦ ਬੰਦੇ ਨੂੰ ਪਤਾ ਲੱਗ ਜਾਂਦਾ ਸੀ ਕਢਾਉਣੀ ਕਰ ਕਿੱਥੇ ਹੈ ਤੇ ਮੈਂ ਪੈਸੇ ਦੇਉਂਗਾ ਇਸ ਦੇ ਇਸੇ ਤਰ੍ਹਾਂ ਹੋਰ ਥਾਂ ਮੈਂ ਮਸ਼ਹੂਰ ਆ ਇਸ ਗੱਲ ਚੀਜ਼ ਲੰਡਨ ਚ ਵੀ ਬੰਦਾ ਹੈ ਬਹੁਤ ਕਰਦਾ ਪਾਗਲ ਵਾਲੇ ਕੰਮ ਕਿਸੇ ਨੇ ਦੀ ਸੁਣਨੀ ਨਹੀਂ ਅੱਜ ਵੀ ਮੈਂ ਇੱਥੇ ਦੋ ਤਿੰਨ ਵਕੀਲਾਂ ਨੂੰ ਮਿਲਿਆ ਉਹ ਕਹਿੰਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਇੱਥੇ ਸੁਣਦਾ ਕੌਣ ਹੈ ਤੂੰ ਕਿਸੇ ਤੋਂ ਕੀ ਲੈਣਾ ਲੇਕਿਨ ਮੈਂ ਇਹ ਨਹੀਂ ਜਾ ਬਿਲਕੁਲ ਤੂੰ ਕਿਸੇ ਤੋਂ ਕੀ ਲੈਣਾ ਬੰਦਿਆਂ ਵਾਲੇ ਕੰਮ ਕਰਿਆ ਕਰ ਬڑے ਇਸ ਉਮਰ ਦੇ ਵਿੱਚ ਜੇਕਰ ਇਹੋ ਜਿਹੇ ਇਨਸਾਨ ਜਿਹੜੇ ਹੈਗੇ ਨੇ ਉਹ ਸਮਾਜ ਦੇ ਲਈ ਕੁਝ ਕਰਨਾ ਚਾਹੁੰਦੇ ਆ ਪਰ ਸਰਕਾਰਾਂ ਹੱਥ ਨਹੀਂ ਫੜਾਉਂਦੀਆਂ ਸੋ ਅਜਿਹੇ ਵਿਅਕਤੀਆਂ ਦੇ ਨਾਲ ਹੋਰ ਮੁਲਾਕਾਤ ਹੋਏਗੀ ਫਿਲਹਾਲ ਲਈ ਬਹੁਤ ਬਹੁਤ ਸ਼ੁਕਰੀਆ ਆ ਜੀ